ਤਕੋ ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟੀਕਲ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜਿੱਤਾਂ ਹਾਰਾਂ ਸੰਘਰਸ਼ ਸਰਕਾਰਾਂ ਇਹਦਾ ਸੁਮੇਲ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਹਿਰੇਦਾਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸੋ ਸੰਘਰਸ਼ ਜਾਰੀ ਹੈ ਸੰਘਰਸ਼ ਦੇ ਵਿੱਚ ਲੋਕ ਆਉਂਦੇ ਨੇ ਲੋਕ ਚਲੇ ਜਾਂਦੇ ਨੇ ਸੰਘਰਸ਼ ਕਦੇ ਬੰਦ ਨਹੀਂ ਹੁੰਦੇ ਸੰਘਰਸ਼ ਕਦੇ ਖਿੱਲਰਦੇ ਨਹੀਂ ਔਰ ਕੁਝ ਲੋਕਾਂ ਦੇ ਜਾਨ ਦੇ ਨਾਲ ਸੰਘਰਸ਼ ਕਦੇ ਖਤਮ ਨਹੀਂ ਹੁੰਦੇ ਪਰ ਜਿਹੜੇ ਅੱਜ ਲੋਕ ਮੈਂ ਪਹਿਲਾਂ ਤਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਅੱਜ ਦੋ ਧੜੇ ਨਹੀਂ ਹੈਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਤੇ ਪੰਜ ਲੋਕਾਂ ਦਾ ਇੱਕ ਧੜਾ ਜਿਹਦੇ ਕੋਲ ਲੀਡਰ ਹੀ ਹੈ ਨਹੀਂ ਉਹ ਪੰਜਾਂ ਕੋਲੇ ਲੀਡਰ ਹੀ ਹੈ ਨਹੀਂ ਉਹ ਪੰਜ ਇੱਕ ਪਲੇਟਫਾਰਮ ਤੇ ਖੜੇ ਨੇ ਤੇ ਮੈਨੂੰ ਲੱਗਦਾ ਅਖਬਾਰ ਚੈਟ ਦੇਣਗੇ ਕਿ ਭਾਈ ਸਾਡਾ ਕਿਸੇ ਨੇ ਲੀਡਰ ਬਣਨਾ ਤਾਂ ਬਣ ਲਓ ਆਜੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਕੀ ਅੱਜ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਏਜੰਸੀਆਂ ਦੀ ਸ਼੍ਰੋਮਣੀ ਕਾਲਦਲ ਤੋੜਨ ਦੀ ਕੀ ਸਾਡੇ ਉਹ ਲੀਡਰ ਉਹਦਾ ਤਾਂ ਨਹੀਂ ਕਿਤੇ ਸ਼ਿਕਾਰ ਹੋਗੇ ਕਿਉਂਕਿ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਆ ਕੁਝ ਕੀਤਾ ਗਿਆ ਸ਼ਿਵ ਸੈਨਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮਹਾਰਾਸ਼ਟਰ ਦੇ ਲੋਕਾਂ ਨੇ 2024 ਦੀ ਚੋਣਾਂ ਚ ਉਹ ਤਾਕਤਾਂ ਨੂੰ ਜਵਾਬ ਦਿੱਤਾ ਤੇ 2027 ਦੇ ਵਿੱਚ ਇਹ ਜਿਹੜੀਆਂ ਤਾਕਤਾਂ ਅੱਜ ਸ਼੍ਰੋਮਣੀ ਕਾਲਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਲੋਕਾਂ ਨੂੰ ਵੀ ਜਵਾਬ ਦੇਣਗੇ